ਮੈਂ ਅਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਸਰਾਓ ਡ੍ਰੈਗਨ ਫਰੂਟਸ ਫਾਰਮ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਟ੍ਰਾਇਲਿਸ ਮੈਥਡ ਤੇ ਰਿੰਗ ਸਿਸਟਮ ਬਾਰੇ ਪਹਿਲਾਂ ਆਪਾਂ ਗੱਲ ਸ਼ੁਰੂ ਕਰਾਂਗੇ ਟ੍ਰਾਇਲਿਸ ਮੈਥਡ ਬਾਰੇ ਦੋਸਤੋ ਜੋ ਤੁਸੀਂ ਇਹ ਸਾਰੀ ਵੀਡੀਓ ਦੇਖ ਰਹੇ ਹੋ ਇਹ ਟ੍ਰਾਇਲਿਸ ਮੈਥਡ ਲੱਗੇ ਨੂੰ 15 ਮਹੀਨੇ ਹੋ ਚੁੱਕੇ ਨੇ ਸੋ ਇਸ ਦੀ ਗਰੋਥ ਬਾਰੇ ਫਰੂਟ ਬਾਰੇ ਸਭ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਦੋਸਤੋ 15 ਮਹੀਨੇ ਦੇ ਵਿੱਚ ਸਾਨੂੰ ਇਸ ਤੋਂ ਫਰੂਟਿੰਗ ਸ਼ੁਰੂ ਹੋ ਚੁੱਕੀ ਹੈ ਜੁਲਾਈ ਮਹੀਨੇ ਦੇ ਵਿੱਚ ਇਸ ਦੀ ਫਲਾਵਰਿੰਗ ਸਟੇਜ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੀ ਗਰੋਥ ਵੀ ਦੇਖ ਸਕਦੇ ਹਾਂ ਤੇ ਇਸ ਦੀਆਂ ਸ਼ੂਟਸ ਲਗਰਾਂ ਦੇਖ ਸਕਦੇ ਹਾਂ ਦੋਸਤੋ 15 ਮਹੀਨਿਆਂ ਦੇ ਵਿੱਚ ਕਿੰਨੀ ਗਰੋਥ ਕਰ ਚੁੱਕੀਆਂ ਨੇ ਬਿਲਕੁਲ ਥੱਲੇ ਲੱਗਣ ਵਾਲੀਆਂ ਹੋ ਚੁੱਕੀਆਂ ਨੇ ਤੇ ਡੈਂਸਿਟੀ ਦੇਖ ਸਕਦੇ ਹਾਂ ਇਸ ਦੀ ਗਰੋਥ ਦੀਆਂ ਲਗਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਪਰ ਪਲਾਂਟ ਤੇ ਫਲਾਵਰ ਵੀ ਲਗਭਗ ਆਉਣੇ ਆਉਣ એન ਐਵਰੇਜ ਅ ਪਲਾਂਟ ਦੇ ਉੱਪਰ ਇੱਕ ਇੱਕ ਫਲਾਵਰ ਬਰਡ ਫਰੂਟ ਬਾਨਾ ਸ਼ੁਰੂ ਹੋ ਚੁੱਕਿਆ ਹੈ ਵਿੱਚ ਛੋਟੀਆਂ ਛੋਟੀਆਂ ਬਰਡਸ ਨੇ ਜੋ ਸਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਨਹੀਂ ਦਿਖ ਰਹੀਆਂ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਬਰਡਸ ਵੀ ਸ਼ੁਰੂ ਹੋ ਚੁੱਕੀਆਂ ਨੇ ਸੋ 15 ਮਹੀਨਿਆਂ ਦੇ ਵਿੱਚ ਇਸ ਨੇ ਫਲ ਸਾਡੀ ਉਮੀਦ ਤੋਂ ਜ਼ਿਆਦਾ ਆਇਆ ਹੈ ਇਸ ਦੇ ਉੱਪਰ ਤੇ ਇਸ ਨੂੰ ਲੱਗੇ ਨੂੰ ਕੁੱਲ 15 ਮਹੀਨੇ ਹੋਏ ਹਨ ਫਿਲਹਾਲ ਤੇ ਸਿਆਮ ਰੈੱਡ ਇਹ ਵੈਰਾਈਟੀ ਆ ਇਸ ਦੇ ਵਿੱਚ ਤੁਸੀਂ ਇਨਫੈਕਸ਼ਨ ਵੀ ਦੇਖ ਸਕਦੇ ਹੋ ਬਿਲਕੁਲ ਜ਼ੀਰੋ ਇਨਫੈਕਸ਼ਨ ਹੈ ਇਸ ਦੀ ਟੋਲਰੈਂਸ ਬਹੁਤ ਜ਼ਿਆਦਾ ਹੈ ਗਰਮੀ ਨੂੰ ਟੋਲਰੇਟ ਕਰਨ ਦੀ ਅਪ ਟੂ 52 ਤੋਂ 53 ਡਿਗਰੀ ਤੱਕ ਇਹ ਗਰਮੀ ਸਹਿ ਸਹਿ ਜਾਂਦਾ ਹੈ ਤੇ ਇਸ ਦੇ ਵਿੱਚ ਪੀਲਾਪਣ ਵੀ ਨਹੀਂ ਆਉਂਦਾ ਹੈ ਤੁਸੀਂ ਹਰ ਇੱਕ ਪlant ਦੀ ਸ਼ੂਟ ਦੇਖ ਸਕਦੇ ਹੋ ਉਸ ਦੇ ਉੱਪਰ ਕੋਈ ਵੀ ਇਨਫੈਕਸ਼ਨ ਨਹੀਂ ਹੈ ਕੋਈ ਵੀ ਪੀਲਾਪਣ ਨਹੀਂ ਹੈ ਕੋਈ ਵੀ ਫੰਗਸ ਨਹੀਂ ਹੈ ਜੋ ਪੀਲਾਪਣ ਆ ਜਾਂਦਾ ਹੈ ਬੂਟੇ ਦੇ ਵਿੱਚ ਕਿਸੇ ਵੀ ਤੁਹਾਨੂੰ ਲਗਰ ਦੇ ਉੱਪਰ ਪੱਤੇ ਦੇ ਉੱਪਰ ਪੀਲਾਪਣ ਨਹੀਂ ਦਿਖੇਗਾ ਤੇ ਫਰੂਟ ਵੀ ਇਸ ਦੇ ਉੱਪਰ ਬਹੁਤ ਜ਼ਿਆਦਾ ਆਇਆ ਹੈ ਤੇ ਇਹ ਸਾਰਾ ਜੋ ਟ੍ਰੈਲਿਸ ਮੈਥਡ ਦੀ ਅਸੀਂ ਫਿਟਿੰਗ ਕੀਤੀ ਹੈ ਉਹ ਖੁਦ ਆਪ ਕਰਦੇ ਆਂ ਵਾਇਰ ਵੀ ਆਪ ਲਗਾਈ ਹੋਈ ਹੈ ਤੇ ਇਸ ਦਾ ਆਈਡੀਆ ਵੀ ਆਪਣੇ ਹਿਸਾਬ ਨਾਲ ਤਿਆਰ ਕੀਤਾ ਵੀ ਕਿਸ ਤਰ੍ਹਾਂ ਇਹਨੂੰ ਲਗਾਉਣਾ ਹੈ ਤੇ ਇਸ ਦੀ ਗਰੋਥ ਵੀ ਦੇਖ ਸਕਦੇ ਹੋ ਤੇ ਸਾਡੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਅਕਸਰ ਵੀ ਇਹ ਵਾਇਰ ਕੀ ਪlant ਦਾ ਵਾਜਨ ਚੱਕ ਚੱਕ ਲਵੇਗੀ ਤੁਹਾਡੇ ਸਾਹਮਣੇ ਹੈ ਦੋਸਤੋ ਇਸ ਵਾਇਰ ਨੇ ਸਾਰੇ ਹੀ ਪlant ਦਾ ਵਾਜਨ ਆਪਣੇ ਉੱਪਰ ਗੇਨ ਕਰ ਚੁੱਕੀ ਹੈ ਚੱਕ ਚੁੱਕੀ ਹੈ ਤੇ ਇਸ ਦੇ ਵਿੱਚ ਕੋਈ ਵੀ ਸਾਨੂੰ ਪ੍ਰੋਬਲਮ ਫਿਲਹਾਲ ਦੇਖਣ ਨੂੰ ਨਹੀਂ ਮਿਲ ਰਹੀ ਕਿਉਂਕਿ ਇਸ ਵਾਇਰ ਦੀ ਲਾਈਫ ਵੀ ਧੁੱਪ ਦੇ ਵਿੱਚ 12 ਸਾਲ ਹੈ ਅਗਰ ਅਸੀਂ ਇਸ ਨੂੰ ਧੁੱਪ ਤੋਂ ਬਚਾ ਲਵਾਂਗੇ ਇਹ 20 ਤੋਂ 22 ਸਾਲ ਚੱਲਦੀ ਹੈ ਤੇ 1 ਫੁੱਟ ਦੀ ਵਾਇਰ ਦੀ weight ਚੱਕਣ ਦੀ ਕੈਪੈਸਿਟੀ ਹੈ ਲਗਭਗ 80 ਕਿਲੋ ਤੇ ਦੋ ਪਲਾਂਟ ਸਾਰੀ ਉਮਰ ਦੇ ਵਿੱਚ ਇੱਕ ਕੁਇੰਟਲ ਤੋਂ ਜ਼ਿਆਦਾ weight gain ਨਹੀਂ ਕਰਦੇ ਹੈ ਸੋ ਤਿੰਨ ਵਾਇਰ ਅਸੀਂ ਇੱਧਰ ਲਗਾਈ ਜਾਣੇ ਤਿੰਨ ਤਿੰਨ ਉੱਪਰ ਉਧਰ ਦੂਸਰੀ ਸਾਈਡ ਟੋਟਲ ਇੱਕ ਲਾਈਨ ਦੇ ਉੱਪਰ 6 ਵਾਇਰਸ ਹੋ ਗਈਆਂ ਲਗਭਗ 5 ਕੁਇੰਟਲ ਦੀ ਕੈਪੈਸਿਟੀ ਹੋ ਗਈ 1 ਫੁੱਟ ਦੇ ਏਰੀਆ ਦੇ ਵਿੱਚ ਤੇ ਫਰੂਟ ਦੇਖ ਸਕਦੇ ਹੋ ਤੁਸੀਂ ਹਰ ਇੱਕ ਪਲਾਂਟ ਦੇ ਉੱਪਰ ਫਰੂਟ ਵੀ ਆ ਚੁੱਕਾ ਹੈ ਤੇ ਗਰੋਥ ਵੀ ਇਸ ਦੀ ਬਹੁਤ ਜ਼ਿਆਦਾ ਗਰੋਥ ਹੈ ਸੋ ਅਸੀਂ ਸਿੰਗਲ ਸਿੰਗਲ ਵਾਇਰ ਹੀ ਪਾਈ ਆ ਸਿੰਗਲ ਸਟੈਪ ਸਿਰਫ ਉੱਪਰ ਵਾਲਾ ਸਟੈਪ ਹੀ ਲਗਾਇਆ ਹੋਇਆ ਤੇ ਫਲਾਵਰ ਦੇਖ ਸਕਦੇ ਹੋ ਦੋਸਤੋ 7 ਤੋਂ 8 ਦਿਨ ਦਾ ਫਲਾਵਰ ਬਣ ਚੁੱਕਿਆ ਹੈ ਤੇ ਇਸ ਦੀਆਂ ਲਗਰਾਂ ਦੀ ਗਰੋਥ ਵੀ ਦੇਖ ਸਕਦੇ ਹਾਂ ਜੋ ਕਿ 15 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਸੋ ਇਹ ਰਿੰਗ ਸਿਸਟਮ ਹੈ ਦੋਸਤੋ ਇਸ ਨੂੰ ਲਗਾਏ ਨੂੰ ਹੀ 15 ਮਹੀਨੇ ਹੋ ਚੁੱਕੇ ਹਨ ਇਸ ਦੇ ਵਿੱਚ ਇਨਫੈਕਸ਼ਨ ਦੇਖ ਸਕਦੇ ਹੋ ਤੁਸੀਂ ਤੇ ਇਸ ਦੀ ਗਰੋਥ ਵੀ ਦੇਖ ਸਕਦੇ ਹੋ ਉਸ ਨੂੰ ਘਟੋ ਘਟ 60 70% ਘਟਾ ਹੈ ਤੇ ਇਸ ਦੀ ਇਸ ਦੇ ਵਿੱਚ ਇਨਫੈਕਸ਼ਨ ਵੀ ਬਹੁਤ ਜ਼ਿਆਦਾ ਆਉਂਦੀ ਹੈ ਕਾਰਨ ਹੈ ਕਿਉਂਕਿ ਪਲਰ ਧੁੱਪ ਦੇ ਵਿੱਚ ਗਰਮ ਹੋ ਜਾਂਦਾ ਹੈ ਗਰਮ ਹੋਣ ਦੇ ਨਾਲ ਜੋ ਹੀਟ ਹੈ ਜ਼ਿਆਦਾ ਪlant ਨੂੰ ਤੰਗ ਕਰਦੀ ਹੈ ਤੇ ਪlant ਸਟ्रेस ਦੇ ਵਿੱਚ ਆ ਜਾਂਦਾ ਸੋ ਜੇ ਇਹ ਲਾਈਨ ਦੇਖ ਰਹੇ ਹੋ ਸਾਡੀ ਰਿੰਗ ਸਿਸਟਮ ਦੀ ਸੀ ਅਸੀਂ ਸੋ ਸਾਰੀ نکال ਚੁੱਕੇ ਹਾਂ ਇਸ ਦੇ ਉੱਪਰ ਵੀ ਹੁਣ ਟ੍ਰਾਇਲਿਸ ਮੈਥਡ ਲਗਾਉਣ ਜਾ ਰਹੇ ਹਾਂ ਇਹ ਸਾਡੇ ਸਾਰੇ ਰਿੰਗ ਨੇ ਜੋ ਪਹਿਲਾਂ ਅਸੀਂ ਰਿੰਗ ਸਿਸਟਮ ਕਰ ਰਹੇ ਸੀਗੇ 2017 ਤੋਂ ਸੋ ਹੁਣ ਅਸੀਂ ਸਾਰਾ ਹੀ ਟ੍ਰਾਇਲਿਸ ਮੈਥਡ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਧੰਨਵਾਦ